ਦੇਖ ਲਓ ਕਿਵੇਂ ਟਰੱਕ ਡਰਾਈਵਰ ਪ੍ਰਧਾਨਗੀ ਨੂੰ ਲੈ ਕੇ ਆਪਸ ਦੇ ਵਿੱਚ ਲੜ ਰਹੇ ਨੇ, ਇੱਕ ਦੂਜੇ ਦੇ ਸਿਰ ਪਾੜ ਰਹੇ ਨੇ, ਧੱਕਾ ਮੁੱਕੀ ਹੋ ਰਹੀ ਹੈ, ਪੁਲਿਸ ਆ ਗਈ ਹੈ, ਤਾਂ ਵੀ ਦੇਖੋ ਕਿੰਨਾ ਹੰਗਾਮਾ ਹੋ ਰਿਹਾ ਹੈ। ਦਰਅਸਲ ਇੱਕੋ ਪਾਰਟੀ ਦੇ ਦੋ ਪ੍ਰਧਾਨ ਆਪੋ ਆਪਣੇ ਬੰਦੇ ਲੈ ਕੇ ਯੂਨੀਅਨ ਟਰੱਕ ਯੂਨੀਅਨ ਦੇ ਦਫ਼ਤਰ ਪਹੁੰਚਦੇ ਨੇ ਜਿੱਥੇ ਮਾਲਾਵਾਂ ਪਹਿਨਾਈਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਦੋ ਦਾਅਵੇਦਾਰ ਸੀ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਦੱਸਣ ਲੱਗ ਪਏ, ਉਹਨਾਂ ਦੋਹਾਂ ਗੁੱਟਾਂ ਦੇ ਵਿੱਚ ਉਹਨਾਂ ਦੇ ਜਿਹੜੇ ਬੰਦੇ ਸੀ ਆਪਸ ਦੇ ਵਿੱਚ ਦੇਖੋ ਕਿਵੇਂ ਲੜੀ ਜਾ ਰਹੇ ਨੇ। ਤਾਂ ਦੱਸ ਦਈਏ ਕਿ ਇਸੇ ਦੇ ਦਰਮਿਆਨ ਇਹਨਾਂ ਲੋਕਾਂ ਦੇ ਵੱਲੋਂ ਆਪ ਦੇ MLA 'ਤੇ ਵੀ ਅਤੇ ਉਹਨਾਂ ਦੇ ਵੱਲੋਂ ਧੱਕਾ ਕੀਤਾ ਗਿਆ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਉੱਤੇ। ਪੁਰਾਣੇ ਪ੍ਰਧਾਨ ਤੋਂ ਦੁਖੀ ਹੋ ਕੇ ਟਰੱਕ ਡਰਾਈਵਰਾਂ ਨੇ ਇਹ ਸਲਾਹ ਕੀਤੀ ਕਿ ਨਵਾਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਜਾਵੇ। ਜਦ ਇਹ ਸਾਰੀ ਪ੍ਰਕਿਰਿਆ ਹੋ ਰਹੀ ਸੀ ਤਾਂ ਦੋ ਜਣੇ ਆਪਣੇ ਆਪ ਨੂੰ ਦਾਅਵੇਦਾਰ ਦੱਸਣ ਲੱਗ ਪਏ, ਫਿਰ ਕੀ ਸੀ ਆਪਸ ਦੇ ਵਿੱਚ ਟਕਰਾਅ ਹੋਇਆ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ, ਪਰ ਪੁਲਿਸ ਇਸ ਝਗੜੇ ਦੇ ਵਿੱਚ ਪਿਸਦੀ ਹੋਈ ਨਜ਼ਰ ਆਈ। ਦੇਖੋ ਕਿਵੇਂ ਪੁਲਿਸ ਵਾਲੇ ਵਿੱਚ ਖੜ੍ਹੇ ਨੇ, ਇੱਕ ਪਾਸੇ ਇੱਕ ਪ੍ਰਧਾਨ ਦੇ ਬੰਦੇ, ਦੂਜੇ ਪਾਸੇ ਦੂਜੇ ਪ੍ਰਧਾਨ ਦੇ ਬੰਦੇ, ਦੇਖੋ ਕਿਵੇਂ ਆਪਸ ਦੇ ਵਿੱਚ ਲੜੀ ਜਾ ਰਹੇ ਨੇ। ਆਓ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਮਾਮਲਾ ਕੀ ਹੋਇਆ, ਅਜਿਹਾ ਕੀ ਹੋ ਗਿਆ ਕਿ ਟਰੱਕ ਯੂਨੀਅਨ ਦੇ ਦਫ਼ਤਰ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ। ਜਸਵਿੰਦਰ ਸਿੰਘ ਜੱਠਾ ਜੀ, ਦੇਖੋ ਜੀ, ਅਸੀਂ 13-14 ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਿਆ, ਇਮਾਨਦਾਰੀ ਨਾਲ ਅਸੀਂ ਮਿਹਨਤ ਕੀਤੀ ਆ, ਹਰ ਵਾਰੀ ਸਾਡੇ ਏਰੀਏ 'ਚੋਂ ਲੀਡ ਮਿਲੀ ਆ। ਅਤੇ ਦੇਖੋ ਇਹਨਾਂ ਨੂੰ 2 ਸਾਲ ਪਾਰਟੀ ਵੱਲੋਂ ਟਰੱਕ ਯੂਨੀਅਨ ਦੀ ਸੇਵਾ ਦਿੱਤੀ ਗਈ ਸੀ, ਇਹਨਾਂ ਨੇ ਨਿਭਾਈ। ਹੁਣ ਇਹ ਜਦੋਂ ਸਾਡਾ ਨਾਮ ਆਉਂਦਾ ਹੈ, ਹੁਣ ਇਹੀ ਕਬਜ਼ਾ ਕਰਨ ਵਾਲੀ ਗੱਲ ਹੋ ਗਈ ਇਹਨਾਂ ਦੀ। ਯੂਨੀਅਨ ਨੂੰ ਇਹ 12-12, 15-15 ਲੱਖ ਰੁਪਏ ਘਾਟੇ ਦਿਖਾਈ ਜਾਂਦੇ ਆ। ਮਾਨ ਸਰਕਾਰ ਤਾਂ ਭ੍ਰਿਸ਼ਟਾਚਾਰ ਦੇ ਵਿਰੋਧ ਆ, ਪਰ ਇਹ ਯੂਨੀਅਨ 'ਚ ਜਦੋਂ ਦੇ ਬੜੇ ਆ ਇਹਨਾਂ ਨੇ ਘਾਟੇ ਦਿਖਾਇਆ ਯੂਨੀਅਨ ਨੂੰ। ਪਿੱਛੇ ਜੇ ਖਬਰਾਂ ਵੀ ਲੱਗੀਆਂ ਸੀ ਵੀ 1 ਕਰੋੜ ਦਾ ਚੂਨਾ ਲਾਇਆ, ਅਤੇ ਹੁਣ ਦੇਖੋ ਜੀ, ਇਸ ਟਾਈਮ ਐਜ਼ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ, ਓਪਰੇਟਰ ਸਾਡੇ ਨਾਲ ਨੇ, ਓਪਰੇਟਰ ਸਾਡੀ ਹਾਮੀ ਭਰਦੇ ਆ, ਠੀਕ ਆ, ਉਹ ਇਹਨਾਂ ਨੂੰ ਯੂਨੀਅਨ 'ਚ ਨਹੀਂ ਰਹਿਣ ਦੇਣਾ ਚਾਹੁੰਦੇ। ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ, ਅਸੀਂ ਇਮਾਨਦਾਰੀ ਨਾਲ ਓਪਰੇਟਰਾਂ ਦੇ ਨਾਲ ਆ, ਅਤੇ ਇਮਾਨਦਾਰੀ ਨਾਲ ਅਸੀਂ ਯੂਨੀਅਨ ਚਲਾਵਾਂਗੇ। ਜਿਹੜਾ ਵਿਧਾਇਕ 'ਤੇ ਵੀ ਦੋਸ਼ ਲਾ ਰਹੇ ਹੈਗੇ ਆ ਵੀ ਉਹਨਾਂ ਦੀ ਧੱਕੇਸ਼ਾਹੀ ਕੀਤੀ, ਕਿਵੇਂ ਦੇ ਰਹੇ? ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਜਦੋਂ ਦੇਖੋ ਵਿਧਾਇਕ ਨੇ ਇਹਨਾਂ ਨੂੰ ਵੀ ਬਣਾਏ ਸੀ ਨਾ, ਕੋਈ ਉਹਨਾਂ ਦੀ ਧੱਕੇਸ਼ਾਹੀ ਨਹੀਂ, ਕੁਛ ਨਹੀਂ। ਪਾਰਟੀ ਵੱਲੋਂ ਵਰਕਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ, ਅਸੀਂ ਇਮਾਨਦਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਨਿਭਾ ਰਹੇ ਹਾਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। MLA ਸਾਹਿਬ ਦਾ ਕੋਈ ਦਖਲਅੰਦਾਜ਼ੀ ਨਹੀਂ, ਕੋਈ ਧੱਕੇਸ਼ਾਹੀ ਨਹੀਂ। ਜਿਹੜੇ ਹੈਗੇ ਟਰੱਕ ਯੂਨੀਅਨ ਦਾ ਮਸਲਾ ਹੁਣ ਕੀ ਨਿਬੜਿਆ ਕੀ ਆਖਰ ਦੇ ਵਿੱਚ? ਬਸ ਇਹ ਤਾਂ ਜੀ, ਉਹਨਾਂ ਸਾਨੂੰ ਓਪਰੇਟਰਾਂ ਦਾ ਸਮਰਥਨ ਸੀਗਾ ਜੀ, ਅਸੀਂ ਅੱਜ ਆਏ ਇੱਥੇ ਪਹੁੰਚੇ, ਲੋਕਾਂ ਨੇ ਸਾਨੂੰ ਸਾਥ ਦਿੱਤਾ ਅਤੇ ਸਾਨੂੰ ਉਹਨਾਂ ਨੇ ਪ੍ਰਧਾਨ ਚੁਣਿਆ। ਅੱਜ ਜਿਹੜਾ ਮਾਮਲਾ ਜੀ, ਉਹ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹਨਾਂ ਦੀਆਂ ਯੂਨੀਅਨ 'ਚ ਯੂਨੀਅਨ ਨੂੰ ਘਾਟਾ ਦਿਖਾਇਆ ਉਹਨਾਂ ਨੇ ਜਿਹੜਾ ਆਪਣੇ ਟਰਮ 'ਚ, ਉਹਦੇ ਕਰਕੇ ਓਪਰੇਟਰ ਉਹਨਾਂ ਤੋਂ ਦੁਖੀ ਸੀ, ਜਿਸ ਕਰਕੇ ਓਪਰੇਟਰਾਂ ਨੇ ਸਾਨੂੰ ਅੱਗੇ ਆਉਣ ਲਈ ਕਿਹਾ, ਅਤੇ MLA ਸਾਹਿਬ ਨੇ ਓਪਰੇਟਰਾਂ ਨੂੰ ਓਪਰੇਟਰਾਂ ਦੀ ਗੱਲ ਮੰਨਦੇ ਹੋਏ ਸਾਨੂੰ ਅਤੇ ਜਸਵਿੰਦਰ ਜੱਠਾ ਜੀ ਨੂੰ ਪ੍ਰਧਾਨ ਬਣਾਇਆ, ਤਾਂ ਜੋ ਯੂਨੀਅਨ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਅਤੇ ਓਪਰੇਟਰਾਂ ਦੇ ਹੱਕਾਂ ਲਈ ਅਸੀਂ ਲੜ ਸਕੀਏ। ਓਪਰੇਟਰਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੰਦੇ, ਉਹਨਾਂ ਤੋਂ ਕੱਟੇ ਜਾਣ ਵਾਲੇ ਖਰਚੇ ਅਸੀਂ ਘਟਾਵਾਂਗੇ, ਅਤੇ ਆਉਣ ਵਾਲੇ ਟਾਈਮ 'ਚ ਜਿਹੜੇ ਉਹਨਾਂ ਕਦੇ ਭਾੜੇ ਹੈ ਉਹ ਅਸੀਂ ਵਧਾਵਾਂਗੇ। ਅਸੀਂ ਓਪਰੇਟਰਾਂ ਦਾ ਹਰ ਪੱਖੋਂ ਸਾਥ ਦੇਵਾਂਗੇ। ਓਪਰੇਟਰਾਂ ਨੇ ਸਾਨੂੰ ਬਹੁਤ ਅੱਜ ਸਮਰਥਨ ਦਿੱਤਾ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਅਤੇ ਅਸੀਂ ਉਹਨਾਂ ਨਾਲ ਜੁੜ ਕੇ ਚੱਲਾਂਗੇ, ਉਹਨਾਂ ਦੇ ਹੱਕਾਂ ਲਈ ਲੜਾਂਗੇ। ਗੱਲ ਇਹ ਜੀ, 2 ਪ੍ਰਧਾਨ ਸੀ ਪਹਿਲਾਂ, ਲੋਕਾਂ ਨੇ ਓਪਰੇਟਰਾਂ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ, ਇਸ ਕਰਕੇ ਮੈਂ ਪਿੱਛੇ ਹੁਣ ਆਪ ਪਾਰਟੀ 'ਚ ਆਇਆ ਹੈਗਾ। ਮੈਨੂੰ ਚੰਗਾ ਵਰਕਰ ਸਮਝ ਕੇ ਜਿੰਨੇ ਵੀ ਓਪਰੇਟਰ ਵੀਰ ਨੇ ਉਹਨਾਂ ਨੇ ਮੈਨੂੰ ਬਹੁਮਤ ਦਿਖਾਇਆ,
ਅਤੇ ਸਰ ਮੈਨੂੰ ਕਿਹਾ ਵੀ ਤੂੰ ਮੂਹਰੇ ਲੱਗ ਕੇ ਯੂਨੀਅਨ ਚਲਾ, ਅਸੀਂ ਇੱਥੇ ਕੋਈ ਹੇਰਾਫੇਰੀ ਨਹੀਂ ਹੋਣ ਦਿੰਦੀ, ਨਾ ਕਿ ਯੂਨੀਅਨ ਦਾ ਇੱਕ ਅੰਦਾਰਾ ਇਹ ਹੈ ਜਿਹਦੇ ਵਿੱਚ ਟੋਟਾ ਪਵੇ। ਇਹਨਾਂ ਆਪਰੇਟਰਾਂ ਨੇ ਪਹਿਲਾਂ ਪ੍ਰਧਾਨਾਂ ਨੇ 13 ਲੱਖ ਰੁਪਏ ਦਾ ਟੋਟਾ ਦਿਖਾਇਆ, ਕਿਵੇਂ ਦੇ ਦਿਆ ਗਿਆ? ਪ੍ਰਸ਼ਾਸਨ ਹੀ ਪਹੁੰਚਿਆ ਸੀਗਾ ਅਤੇ ਹੁਣ ਕਿਵੇਂ ਦੇ ਦਿਆ ਗਿਆ? ਕਾਰਜਕਾਰੀ ਕਿਵੇਂ ਕੀਤੀ ਜਾਵੇਗੀ ਤੁਹਾਡੀ ਅੱਗੇ ਤੋਂ? ਸਾਡੀ ਕਾਰਜਕਾਰੀ ਅਸੀਂ ਵਧੀਆ ਕਰਾਂਗੇ ਜੀ, ਕਿਸੇ ਆਪਰੇਟਰ ਨੂੰ ਰੁੱਸਣ ਨਹੀਂ ਦਿੰਦੇ, ਕਿਸੇ ਨਾਲ ਧੱਕਾ ਨਹੀਂ ਹੁੰਦੇ, ਹਰੇਕ ਆਪਰੇਟਰ ਦੀ ਗਰੀਬ ਅਮੀਰ ਦੀ ਅਸੀਂ ਸਪੋਰਟ ਕਰਾਂਗੇ। ਹੁਣ ਪ੍ਰਧਾਨ ਕਿਹਨੂੰ ਨਿਯੁਕਤ ਕੀਤਾ ਗਿਆ ਹੈਗਾ? ਪ੍ਰਧਾਨ ਮੈਨੂੰ ਸ਼ਸ਼ੀਲ ਕੁਮਾਰ ਭੂਸ ਅਤੇ ਆਪਣੇ ਚਿੱਠਾ ਜੀ ਸੁਰਿੰਦਰ ਚਿੱਠਾ ਜੀ ਸਾਨੂੰ MLA ਸਾਹਿਬ ਨੇ ਦੋਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ। ਸਾਨੂੰ MLA ਸਾਹਿਬ ਨੇ ਜੀ ਅਤੇ ਸਾਰੇ ਆਪਰੇਟਰਾਂ ਦੇ ਬਹੁਮਤ ਨੇ ਸਾਨੂੰ ਪ੍ਰਧਾਨ ਬਣਾਇਆ। ਮਾਮਲਾ ਕੀ ਹੈ ਜਿਹੜਾ ਅੱਜ ਝਗੜਾ ਹੋਇਆ ਹੈਗਾ? ਅੱਜ ਦਾ ਮਾਮਲਾ ਇਹ ਹੈ ਜੀ, ਅੱਜ 5 ਵਜੇ ਇੱਥੇ ਕੁਛ ਸ਼ਰਾਰਤੀ ਅਨਸਰ ਗੁੰਡਾਗਰਦੀ ਕਰਨ ਆ ਗਏ ਸੀ, ਟਰੱਕ ਯੂਨੀਅਨ 'ਤੇ ਕਾਬਜ ਹੋਣਾ ਚਾਹੁੰਦੇ ਸੀਗੇ, ਲੈਕੇ ਨਾਲ 50-60 ਗੁੰਡੇ ਆ ਕੇ ਟਰੱਕ ਯੂਨੀਅਨ ਦੇ ਵਿੱਚ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਰ ਉਹਦੇ 'ਚ ਕੀ ਹੈਗਾ, ਕਿਹੜੇ ਬੰਦੇ ਹੈਗੇ, ਕਿਹੜੀ ਪਾਰਟੀਆਂ ਸੰਬੰਧ ਰੱਖਦੇ ਆ, ਕਿਹੜੀ ਸ਼ਿਕਾਇਤ ਕੀਤਾ ਜਾ ਰਿਹਾ ਕੁਛ? ਇਹ ਤਾਂ ਜੀ ਇਹ ਹੈ ਵੀ ਹੁਣ ਇੱਥੋਂ ਦੇ ਸਾਡੇ ਜਿਹੜੇ ਵਿਧਾਇਕ ਆ MLA ਸਾਹਿਬ ਦੀ ਕਾਰਗੁਜ਼ਾਰੀ ਦੇ ਹੇਠ ਹੀ ਇਹ ਸਾਰਾ ਕੁਛ ਹੋ ਰਿਹਾ। ਕਿਹੜੀ ਪਾਰਟੀ ਦੇ ਵਿਧਾਇਕ ਦੀ ਕਾਰਜਕਾਰੀ ਹੇਠ ਹੋ ਰਿਹਾ ਜੀ? MLA ਲਾਭ ਸਿੰਘ ਗੋਚੀ ਦੀ ਆਮ ਆਦਮੀ ਪਾਰਟੀ। ਕਾਰਨ ਕੀ ਹੈਗੇ ਜੀ, ਤੁਸੀਂ ਪਿਛਲੇ ਸਾਲਾਂ ਤੋਂ ਲੱਗੇ ਹੋਏ ਹੈਗੇ ਹੋ? ਦੇਖੋ ਜੀ, ਕਾਰਨ ਇਹ ਆ ਵੀ ਹੁਣ ਜਿਹੜਾ ਕਣਕ ਦਾ ਸੀਜ਼ਨ ਆ ਉਹ ਲੰਘ ਕੇ ਗਿਆ, ਜਿਹੜਾ ਗੱਲੇ ਦੀ ਜਿਹੜੀ ਪੇਮੈਂਟ ਆ ਉਹ ਵੱਡੀਆਂ ਰਕਮਾਂ ਦੇ ਵਿੱਚ ਆਉਂਦੀ ਆ, ਲਗਭਗ 2.5 ਕਰੋੜ ਰੁਪਈਆ ਗੱਲੇ ਦੀ ਜਿਹੜੀ ਆਮਦ ਆ ਉਹ ਵੰਡਣੀ ਆ। ਹੁਣ ਅਸੀਂ ਉਹ ਲੋਕਾਂ ਦੇ ਵਿੱਚ ਵੰਡਣੀ ਆ, ਉਹ ਉਸਨੂੰ ਜਿਹੜੇ ਨਵੇਂ ਪ੍ਰਧਾਨ ਆ ਕੇ ਉਹਨੂੰ ਛਕਣਾ ਚਾਹੁੰਦੇ ਆ ਪੰਜਾਬੀ 'ਚ ਸਿੱਧੀ ਗੱਲ ਆ, ਅਸੀਂ ਉਹ ਸਾਡੇ ਆਪਰੇਟਰ ਸਾਡੇ ਨਾਲ ਆ ਗਏ, ਅਸੀਂ ਇਹ ਚੀਜ਼ ਮੰਨਦੇ ਹੁੰਦੇ। ਇਹ ਵੀ ਦੱਸਿਆ ਜਾ ਰਿਹਾ ਵੀ ਤੁਸੀਂ ਪੁਰਾਣੇ ਆਮ ਪਾਰਟੀ ਦੇ ਵਰਕਰ ਹੈਗੇ ਹੋ ਅਤੇ ਉਹ ਕੁਛ ਪਾਰਟੀ ਦੇ ਵਿੱਚ ਨਵੇਂ ਰਲੇ ਹੈਗੇ ਆ, ਕਿਵੇਂ ਦੇਖਦੇ ਆ ਇਸ ਨੂੰ ਲੈ ਕੇ? ਉਹ ਜੀ ਨਵੇਂ ਰਲੇ ਆ ਤਾਂ ਜੀ ਤਾਂ ਹੀ ਤਾਂ ਕਾਬਜ਼ ਹੋਣਾ ਚਾਹੁੰਦੇ ਆ ਜੀ ਗੱਲ ਦੀ। ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈਗਾ, ਕੋਈ ਉੱਚ ਅਧਿਕਾਰੀਆਂ ਨੂੰ ਜਾਂ ਲੀਡਰਸ਼ਿਪ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਤੁਸੀਂ ਆਪਦੇ ਕੋਲੋਂ? ਨਹੀਂ, ਪ੍ਰਸ਼ਾਸਨ ਦੀ ਡਿਊਟੀ ਲੱਗੀ ਆ ਜੀ, ਉਹਨਾਂ ਨੇ ਵਧੀਆ ਇੱਥੇ ਲੜਾਈ ਝਗੜਿਆਂ ਨਹੀਂ ਹੋਣ ਦਿੱਤਾ, ਵਧੀਆ ਹੈਲਪ ਕੀਤੀ ਆ ਸਭ ਦੀ, ਧੰਨਵਾਦ ਕਰਦੇ ਹਾਂ ਅਸੀਂ ਪ੍ਰਸ਼ਾਸਨ ਦਾ। ਮੰਗ ਕੀ ਕਰਦੇ? ਮੰਗ ਅਸੀਂ ਇਹ ਕਰਦੇ ਜੀ, ਇਸ ਤਰ੍ਹਾਂ ਜਿਵੇਂ ਸਾਡੇ ਟਰੱਕ ਯੂਨੀਅਨ ਦੇ ਆਪਰੇਟਰ ਚਾਹੁੰਦੇ ਹੈਗੇ ਹੈਗੇ, ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਬਣਾਓ, ਠੀਕ ਅਸੀਂ ਦੇਖਦੇ ਹਾਂ ਵੀ ਜਿਵੇਂ ਸਾਡੇ ਆਪਰੇਟਰ ਚਾਹੁੰਦੇ ਆ ਉਹ ਉਸਨੂੰ ਪ੍ਰਧਾਨ ਚੁਣਨ ਨੂੰ ਹੱਕ ਆ ਉਹਨਾਂ ਨੂੰ ਉਹ ਚੁਣ ਲੈਣ, ਪਰ ਉਹ ਧੱਕਾ ਨਹੀਂ ਚੱਲਣ ਦੇਣਗੇ। ਜਿਵੇਂ ਅੱਜ ਉਹ 50-60 ਗੁੰਡੇ ਲੈ ਕੇ ਆਏ ਹੈਗੇ ਯੂਨੀਅਨ ਦੇ ਵਿੱਚ ਕਾਬਜ਼ ਹੋ ਰਹੇ ਸੀਗੇ, ਇਸ ਤਰ੍ਹਾਂ ਨਹੀਂ, ਗੁੰਡਾਗਰਦੀ ਨਹੀਂ ਚੱਲੇ। ਕਿਹੜੀ ਪਾਰਟੀ 'ਚੋਂ ਸ਼ਾਮਿਲ ਹੋਏ ਸੀ? ਉਹ ਕਾਂਗਰਸ ਪਾਰਟੀ 'ਚ ਸ਼ਾਮਿਲ।